हाँ जी सत श्री अकाल ते नाले जिहड़ी तुहाडी हुण ड्यूटी बनदी आ चैनल नूं सबसक्राइब कर दो एदां उंगल मार के नाले बैल आईकोन बणिया होया घंटी जिही उहदे ते भी मार दो क्योंकि जदों कोई नवीं चीज़ असीं होर पाई तां तुहानूं नाल दी नाल नोटिफिकेशन आ जाऊ सो कर लो सबसक्राइब। ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਵਿੱਚ ਕੋਵਿਡ ਟੈਸਟ ਫੋਰਸ ਸੀਐਮ ਨੂੰ ਆਪਣੀ ਰਿਪੋਰਟ ਸੌਂਪੀ ਹੈ। ਰਿਪੋਰਟ ਦੇ ਵਿੱਚ ਕਈ ਸਿਫਾਰਿਸ਼ਾਂ ਕੀਤੀਆਂ ਗਈਆਂ ਹਨ। ਇਹਨਾਂ ਸਿਫਾਰਿਸ਼ਾਂ ਦੇ ਵਿੱਚ ਸਕੂਲਾਂ ਨੂੰ ਖੋਲੇ ਜਾਣ ਨੂੰ ਲੈ ਕੇ ਖਾਸ ਸਿਫਾਰਿਸ਼ ਕੀਤੀ ਗਈ ਹੈ। ਵੱਡੀ ਖਬਰ ਇਹ ਹੈ ਕਿ 15 ਮਈ ਤੋਂ ਬਾਅਦ ਵੀ ਸਕੂਲ ਖੋਲਣ ਦਾ ਕੋਈ ਮੌਕਾ ਨਹੀਂ ਹੈ। ਟੀਮ ਨੇ ਸਿਫਾਰਿਸ਼ ਕੀਤੀ ਹੈ ਕਿ ਜੇਕਰ ਸਕੂਲ ਖੋਲੇ ਜਾਂਦੇ ਨੇ ਤੇ ਸਕੂਲ ਵਿੱਚ ਘੱਟ ਸਟਾਫ ਬੁਲਾਇਆ ਜਾਵੇ। ਇਸ ਦੇ ਨਾਲ ਹੀ ਟੀਮ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਟੀਵੀ ਚੈਨਲਾਂ ਤੇ ਹੋਰ ਦੂਸਰੇ ਤਰੀਕਿਆਂ ਦੇ ਨਾਲ ਬੱਚਿਆਂ ਨੂੰ ਪੜਾਇਆ ਜਾਵੇ। ਇਸ ਦੇ ਨਾਲ ਹੀ ਇਹ ਵੀ ਗੱਲ ਕਹੀ ਗਈ ਹੈ ਜੇਕਰ ਸਿੱਖਿਆ ਅਦਾਰੇ ਖੋਲੇ ਜਾਂਦੇ ਨੇ ਤਾਂ ਇਸ ਦੌਰਾਨ ਪ੍ਰਾਇਮਰੀ ਕਲਾਸਾਂ ਵਾਲੇ ਅਦਾਰੇ ਸਭ ਤੋਂ ਅਖੀਰ ਵਿੱਚ ਖੋਲੇ ਜਾਣਗੇ। ਇਸ ਦੇ ਨਾਲ ਹੀ ਸਕੂਲੇ ਬੱਚਿਆਂ ਦੀ ਐਡਮਿਸ਼ਨ ਡਿਜੀਟਲ ਪੇਮੈਂਟ ਰਾਹੀਂ ਕਰਨ ਤੇ ਕਿਤਾਬਾਂ ਮੁਹੱਈਆ ਕਰਾਉਣ ਦੀ ਸਿਫਾਰਿਸ਼ ਵੀ ਕੀਤੀ ਗਈ ਹੈ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼।